ਕਿ ਉਹਨਾਂ ਨੇ ਟੱਕਾ ਤੋੜਿਆ ਨਹੀਂ ਜ਼ਿੰਦਗੀ ਚ। ਤੱਕ ਚੱਕ ਕੇ ਸੌ ਖਾ ਲਿਆ ਕਿ ਪਹਿਲੀ ਗੱਲ ਇਹ ਜੋ ਨਸ਼ਾ ਦਾ ਕੰਮ ਹੈ ਜੋ ਆਮ ਆਦਮੀ ਕਹਿੰਦੇ 4 ਮਹੀਨਿਆਂ ਮੈਂ ਖਤਮ ਕਰ ਦੂੰਗਾ, ਇਹ 4 ਹਫ਼ਤਿਆਂ ਦੇ ਵਿੱਚ ਲੱਖ ਤੋੜ ਕੇ ਚੱਲ। ਨੌਕਰੀਆਂ ਨਹੀਂ ਹੈ, ਕੋਈ ਪੜ੍ਹੇ ਲਿਖੇ ਨੇ, ਕੋਈ ਕੁਛ ਪੜ੍ਹੇ ਨੇ, ਕੋਈ ਬੜੇ ਪੜ੍ਹੇ ਨੇ, ਇਹ ਮੇਰੇ ਹੈ ਕਿ ਪਹਿਲਾਂ ਮੈਂ ਪੂਰਾ ਜ਼ੋਰ ਲਾ ਦੂੰਗਾ ਉਹਨਾਂ ਨੂੰ ਨੌਕਰੀਆਂ ਲਵਾਉਣ ਦਾ। ਔਰ ਤੀਸਰਾ, ਹਰ ਪਿੰਡ ਚ ਪੂਰੇ ਪੰਜਾਬ ਦੇ ਵਿੱਚ FIR ਦੇ ਕੀਤੀਆਂ ਹੋਈਆਂ ਨੇ ਸਾਡੇ ਬੰਦਿਆਂ ਦੇ ਖਿਲਾਫ਼ ਪਰਚੀਆਂ, ਆਉਂਦੇ ਸਾਰ ਉਹ ਪਰਚੀਆਂ ਸਾਰੀਆਂ ਚੈੱਕ ਹੋਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਵੀ ਮੇਰੇ ਦੋਸਤ ਨੇ ਫੇਸਬੁੱਕ 'ਤੇ ਜਾਂ ਜਿਹੜੇ ਕਿਹੜੇ ਵੀ ਮੈਨੂੰ ਜਿਸ ਤਰੀਕੇ ਨਾਲ ਵੀ ਜਾਣਦੇ ਨੇ, ਅਤੇ ਪੱਤਰਕਾਰ ਕੰਵਰ ਸੰਧੂ, ਬਲਤੇਜ ਪੰਨੂ, ਗੁਰਪ੍ਰੀਤ ਸਿੰਘ ਸੋਹਤਾ, ਰਘਵੀਰ ਸਿੰਘ ਭਰੋਵਾਲ, ਜੋਧਵੀਰ ਸਿੰਘ ਜੋਧਾ, ਰੇਡੀਓ ਵਾਇਸ ਆਫ ਖਾਲਸਾ ਅਤੇ ਰੇਡੀਓ ਚੰਨ ਪਰਦੇਸੀ, ਰੇਡੀਓ ਸ਼ੇਰੇ ਪੰਜਾਬ ਅਤੇ ਰੇਡੀਓ ਜਿੰਨੇ ਵੀ ਹੈਗੇ ਨੇ, ਸੱਚ ਦੀ ਗੂੰਜ, ਜਿਹੜੇ ਹਰਜੋਤ ਸੰਧੂ ਹੋਰੀ ਨੇ ਅਤੇ ਹੋਰ ਜਿੰਨੇ ਵੀ ਪੱਤਰਕਾਰ ਨੇ ਪੰਜਾਬ ਦੇ ਵਿੱਚ, ਬਲਜੀਤ ਬੱਲੀ ਅਤੇ ਬਰਜਿੰਦਰ ਸਿੰਘ ਹਮਦਰਦ, ਹੋਰ ਜਿੰਨੇ ਵੀ ਪੱਤਰਕਾਰ ਨੇ, ਬਲਤੇਜ ਪੰਨੂ, ਇਹਨਾਂ ਸਾਰਿਆਂ ਨੂੰ ਅਤੇ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਜਿਹੜੇ ਹੈਗੇ ਨੇ ਵਿਧਾਨ ਸਭਾ ਦੇ ਵਿੱਚ, ਸੁਖਪਾਲ ਸਿੰਘ ਖਹਿਰਾ, ਬੈਂਸ ਭਰਾ ਸਿਮਰਜੀਤ ਸਿੰਘ ਬੈਂਸ ਅਤੇ ਜਿਹੜੇ ਬਲਵਿੰਦਰ ਸਿੰਘ ਬੈਂਸ, ਡਾਕਟਰ ਧਰਮਵੀਰ ਗਾਂਧੀ, ਇਹਨਾਂ ਤੋਂ ਆਸ ਹੈ, ਜਿਹਨਾਂ ਲੋਕਾਂ ਤੋਂ ਆਸ ਹੈ ਉਹਨਾਂ ਦੇ ਨਾਮ ਲੈ ਰਿਹਾ ਮੈਂ, ਅਤੇ ਇਹ ਸਾਰੇ, ਅਤੇ ਇੱਕ ਸਾਡਾ ਵੀਰ ਪੇਜ ਚਲਾ ਰਿਹਾ ਦੁਖਵੀਰ ਪਾਗਲ, ਉਹ ਭਰਾ ਨੂੰ ਵੀ ਸਲਾਮ ਹੈ, ਬਹੁਤ ਵਧੀਆ ਕਾਰਜ ਕਰ ਰਿਹਾ ਅਤੇ ਉਹਨੂੰ ਵੀ ਬੇਨਤੀ ਹੈ ਸਾਡੇ ਨਾਲ ਜੁੜਨ ਦੀ। ਅਤੇ ਇਹਦੇ ਨਾਲ ਹੀ ਕੰਵਰ ਸੰਧੂ ਸਾਡੇ ਬੌਸ ਨੇ, ਸਾਡੇ ਸੀਨੀਅਰ ਨੇ, ਉਹਨਾਂ ਨੂੰ ਖਾਸ ਕਰਕੇ, ਅਤੇ ਇਹਨਾਂ ਸਾਰਿਆਂ ਨੂੰ ਅਤੇ ਤੁਹਾਨੂੰ ਸਾਰਿਆਂ ਨੂੰ ਜਿਹੜੇ ਸੁਣ ਰਹੇ ਹੋ, ਦੇਖ ਰਹੇ ਹੋ ਫੇਸਬੁੱਕ 'ਤੇ, ਜਿਸ ਕਿਸੇ ਵੀਰ ਦਾ ਮੈਂ ਨਾਮ ਨਹੀਂ ਲੈ ਸਕਿਆ ਉਹ ਵੀ, ਅਤੇ ਸਾਰੇ ਉਹਨਾਂ ਸਾਰਿਆਂ ਨੂੰ ਮੈਂ ਇੱਕ ਬੇਨਤੀ ਕਰਨ ਲੱਗਾ, ਅਤੇ ਉਹ ਬੇਨਤੀ ਜਿਹੜੀ ਹੈ ਪੰਜਾਬ ਦੀ ਸਿੱਖਿਆ ਨੀਤੀ ਦੇ ਬਾਰੇ ਹੈ। ਪੰਜਾਬ ਦੀ ਸਿੱਖਿਆ ਨੀਤੀ ਦੇ ਬਾਰੇ ਅੱਜ ਆਪਾਂ ਇਹ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਇਹਦੇ 'ਚ ਤੁਸੀਂ ਸਾਰੇ ਧਿਆਨ ਦਿਓ, ਹੁਣ ਆਪਾਂ ਗੱਲ ਸ਼ੁਰੂ ਕਰਨ ਲੱਗੇ ਹਾਂ। ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ ਜੀ ਤੁਹਾਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਤੋਂ, ਇੱਕ ਪੱਤਰਕਾਰ ਹਾਂ, ਇੱਕ ਮਨੁੱਖ ਹਾਂ ਅਤੇ ਇੱਕ ਸਿੱਖ ਹਾਂ, ਅਤੇ ਇਹਦੇ ਨਾਲ ਹੀ ਇੱਕ ਪੰਜਾਬੀ ਹਾਂ। ਮੈਂ ਵੀ ਪੰਜਾਬ ਦੀ ਮਿੱਟੀ 'ਚ ਜੰਮਿਆ, ਮੈਂ ਵੀ ਪੰਜਾਬ ਦਾ ਪਾਣੀ ਪੀਤਾ ਅਤੇ ਮੈਂ ਵੀ ਪੰਜਾਬ ਦੀ ਹਵਾ ਦੇ ਵਿੱਚ ਖੇਡ ਕੇ ਵੱਡਾ ਹੋਇਆ, ਮੈਂ ਵੀ ਉਸ ਹਵਾ ਦੇ ਸਾਹ ਲਏ ਨੇ ਜਿਹੜੀ ਹਵਾ ਦੇ ਵਿੱਚ ਤੁਸੀਂ ਕਦੇ ਕਦੇ ਗੇੜਾ ਮਾਰਦੇ ਹੋ। ਸੋ ਅੱਜ ਉਸ ਪੰਜਾਬ ਦੀ ਗੱਲ ਕਰਦੇ ਹਾਂ ਜਿਹੜਾ ਪੰਜਾਬ ਸਦੀਆਂ ਤੋਂ ਜਿਹੜਾ ਹੈ ਦੁਸ਼ਮਣਾਂ ਦੀ ਮਾਰ ਝੱਲਦਾ ਹੋਇਆ ਉਸ ਮੁਕਾਮ 'ਤੇ ਪਹੁੰਚਿਆ ਸੀ ਜਿੱਥੇ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਖਾਲਸਾ ਪ੍ਰਗਟ ਕਰਕੇ ਉਹਨਾਂ ਦੁਸ਼ਮਣਾਂ ਨੂੰ, ਉਹਨਾਂ ਡਾਢਿਆਂ ਨੂੰ ਜਿਹੜਾ ਹੈ ਸਬਕ ਸਿਖਾਉਣ ਦੇ ਲਈ ਉਹਨਾਂ ਮਜ਼ਲੂਮਾਂ ਦੇ ਹੱਥ 'ਚ ਤਲਵਾਰ ਫੜਾਈ ਸੀ, ਅਤੇ ਉਹ ਜੰਗਾਂ ਯੁੱਧਾਂ ਨੂੰ ਜਿੱਤਦਿਆਂ ਹੋਇਆਂ, ਮਜ਼ਲੂਮ ਦੀ ਰਾਖੀ ਕਰਦਿਆਂ ਹੋਇਆਂ ਅਤੇ ਜਾਬਰ ਦੇ ਨਾਲ ਟੱਕਰ ਲੈਂਦਿਆਂ ਹੋਇਆਂ ਉਹ ਜਿਹੜਾ ਖਾਲਸਾ ਸੀ ਉਹਨੇ ਪੰਜਾਬ ਦੇ ਵਿੱਚ ਸਰਕਾਰ ਕਾਇਮ ਕੀਤੀ ਮਹਾਰਾਜਾ ਰਣਜੀਤ ਸਿੰਘ ਨੇ। ਅਤੇ ਉਸ ਮਹਾਰਾਜਾ ਰਣਜੀਤ ਸਿੰਘ ਦੇ ਕਾਰਜਕਾਲ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ 1854 ਦੇ ਵਿੱਚ ਪੰਜਾਬ ਨੂੰ ਅੰਗਰੇਜ਼ੀ ਰਾਜ ਦੇ ਵਿੱਚ ਪੱਕੇ ਤੌਰ 'ਤੇ ਮਿਲਾ ਲਿਆ ਗਿਆ, ਅਤੇ ਉਸ ਵੇਲੇ
ਪੰਜਾਬ ਦੀ ਜਿਹੜੀ ਸਿੱਖਿਆ ਪ੍ਰਣਾਲੀ ਸੀ ਉਹ ਦੁਨੀਆ ਦੇ ਵਿੱਚ ਸਭ ਤੋਂ ਬਿਹਤਰੀਨ ਸਿੱਖਿਆ ਪ੍ਰਣਾਲੀ ਸੀ ਤੇ ਉਸ ਸਿੱਖਿਆ ਪ੍ਰਣਾਲੀ ਦਾ ਦੁਨੀਆ ਭਰ ਦੇ ਮੁਲਕ ਸਨ ਜਿਹੜੇ ਲੋਹਾ ਮੰਨਦੇ ਸਨ ਤੇ ਉਸ ਨੂੰ ਮੰਨਦੇ ਸਨ ਤੇ ਪੰਜਾਬ ਦਾ ਦੁਨੀਆ ਭਰ ਦੇ ਵਿੱਚ ਸਤਿਕਾਰ ਹੁੰਦਾ ਸੀ ਤੇ ਇਹਦੇ ਨਾਲ ਹੀ ਅਸੀਂ ਦੇਖਦੇ ਹਾਂ ਕਿ ਦੁਨੀਆ ਤੋਂ ਯੂਰਪੀਅਨ ਕੰਟਰੀਜ਼ ਦੇ ਲੋਕ ਤੇ ਹੋਰ ਜਿਹੜੇ ਵੱਖ ਵੱਖ ਮੁਲਕਾਂ ਦੇ ਲੋਕ ਸਨ ਉਹ ਪੰਜਾਬ ਦੇ ਵਿੱਚ ਆ ਕੇ ਵਪਾਰ ਕਰਦੇ ਸਨ ਤੇ ਸਿੱਖਿਆ ਹਾਸਲ ਕਰਦੇ ਸਨ ਤੇ ਇਹਨਾਂ 'ਚੋਂ ਅਸੀਂ ਜਿਹੜੇ ਅੰਗਰੇਜ਼ ਹਿਸਟੋਰੀਅਨ ਹੋਏ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਆ ਕੇ ਦੇਖਿਆ ਕਿ ਪੰਜਾਬ ਦੇ ਵਿੱਚ ਸਿੱਖਿਆ ਹਾਸਲ ਕੀਤੀ ਪੰਜਾਬ ਦੀ ਜਿਹੜੀ ਉਸ ਵੇਲੇ ਦੀ ਸਿੱਖਿਆ ਸੀ ਉਹਦੇ ਰੂਬਰੂ ਹੋਏ ਤੇ ਉਹਨਾਂ ਨੇ ਉਹ ਸਿੱਖਿਆ ਦੇ ਰਾਹੀਂ ਉਹ ਭਾਸ਼ਾ ਦੇ ਰਾਹੀਂ ਉਹ ਸਾਰਾ ਕੁਛ ਉਹਨਾਂ ਨੇ ਸਿੱਖਿਆ ਤੇ ਫਿਰ ਉਹਨਾਂ ਨੇ ਸਿੱਖ ਇਤਿਹਾਸ ਲਿਖਿਆ ਤੇ ਉਸਦੇ ਵਿੱਚ ਕਾਫੀ ਅਹਿਮ ਜਿਹੜਾ ਹੈ ਉਹ ਇੱਥੋਂ ਦੀ ਸਿੱਖਿਆ ਪ੍ਰਣਾਲੀ ਦਾ ਯੋਗਦਾਨ ਹੈ ਤੇ ਕੈਪਟਨ ਅਮਰਿੰਦਰ ਸਿੰਘ ਜੀ ਤੁਹਾਡੇ ਤਾਂ ਵਡੇਰੇ ਭਾਈ ਕਾਨ ਸਿੰਘ ਨਾਭਾ ਨੂੰ ਉਹਨਾਂ ਨੇ ਕਾਫੀ ਸਰਾਹਿਆ ਤੇ ਉਹਨਾਂ ਨੂੰ ਕਾਫੀ ਨੇੜੇ ਲਾ ਕੇ ਰੱਖਿਆ ਤੇ ਕਾਫੀ ਕਾਰਜ ਕੀਤਾ ਉਹਨਾਂ ਨੇ ਤੇ ਭਾਈ ਕਾਨ ਸਿੰਘ ਨਾਭਾ ਉਸ ਸਿੱਖਿਆ ਪ੍ਰਣਾਲੀ ਦੇ ਅਹਿਮ ਅੰਗ ਦੇ ਵਜੋਂ ਕਾਰਜ ਨਿਭਾਉਂਦੇ ਰਹੇ ਤੇ ਯੋਗਦਾਨ ਪਾਉਂਦੇ ਰਹੇ ਤੇ ਪਿਛਲੇ ਦਿਨੀਂ ਬੜੀ ਸ਼ਰਮਨਾਕ ਗੱਲ ਸੁਣਨ ਨੂੰ ਮਿਲੀ ਤੁਹਾਡੀ ਸਰਕਾਰ ਦੀ ਕੈਪਟਨ ਜੀ ਤੁਸੀਂ ਪੰਜਾਬ ਦੇ 800 ਸਕੂਲ ਨੇ ਜਿਹੜੇ ਉਹ ਬੰਦ ਕਰਨ ਦਾ ਐਲਾਨ ਕਰ ਦਿੱਤਾ ਪੰਜਾਬ ਦੇ 800 ਸਕੂਲ ਬੰਦ ਕਰਨੇ ਕਿਸੇ ਵੀ ਸਟੇਟ ਲਈ ਰਾਜ ਲਈ ਇਸ ਤੋਂ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ ਕਿ ਉਹ ਸਰਕਾਰ ਮਹਿਜ਼ ਇਸ ਗੱਲ ਦੇ ਲਈ 800 ਸਕੂਲ ਬੰਦ ਕਰ ਦੇਵੇ ਕਿ ਉਸਦੇ ਵਿੱਚ ਬੱਚੇ ਘੱਟ ਪੜ੍ਹਨ ਆਉਂਦੇ ਨੇ ਤੇ ਇਹ ਗੱਲ ਅਮਰੀਕਾ ਦੇ ਵਿੱਚ ਇੱਕ ਜਿਹੜੀ ਟ੍ਰੇਨ ਮੈਟਰੋ ਟ੍ਰੇਨ ਸੀ ਇੱਕ ਅਜਿਹੇ ਏਰੀਏ ਦੇ ਵਿੱਚ ਜਾਂਦੀ ਸੀ ਕਿ ਜਿੱਥੇ ਸਿਰਫ ਇੱਕ ਵਿਦਿਆਰਥਣ ਸੀ ਜਿਹੜੀ ਉਹ ਪੜ੍ਹਨ ਲਈ ਸ਼ਹਿਰ ਆਉਂਦੀ ਸੀ ਉਸ ਟ੍ਰੇਨ 'ਤੇ ਚੜ੍ਹ ਕੇ ਪਰ ਉਹ ਟ੍ਰੇਨ ਉਦੋਂ ਤੱਕ ਚੱਲਦੀ ਰਹੀ ਇੱਕ ਇੱਕ ਯਾਤਰੀ ਨੂੰ ਲੈ ਕੇ ਉਹ ਦੋ ਵਾਰ ਉਸਨੂੰ ਲੈ ਕੇ ਆਉਣਾ ਅਤੇ ਉਸਨੂੰ ਛੱਡ ਕੇ ਆਉਣਾ ਉਹ ਟ੍ਰੇਨ ਇਸ ਲਈ ਚੱਲਦੀ ਰਹੀ ਕਿ ਉਹ ਵਿਦਿਆਰਥਣ ਦੀ ਜਿਹੜੀ ਪੜ੍ਹਾਈ ਹੈ ਉਹ ਖਰਾਬ ਨਾ ਹੋਵੇ ਅਤੇ ਉਹ ਟ੍ਰੇਨ ਉਦੋਂ ਤੱਕ ਚੱਲਦੀ ਰਹੀ ਜਦੋਂ ਤੱਕ ਉਸ ਵਿਦਿਆਰਥਣ ਨੇ ਆਪਣੀ ਪੜ੍ਹਾਈ ਜਿਹੜੀ ਹੈ ਉਹ ਮੁਕੰਮਲ ਨਹੀਂ ਕਰ ਲਈ ਅਤੇ ਤੁਸੀਂ ਸਕੂਲ ਮਹਿਜ਼ ਇਹ ਬਹਾਨਾ ਬਣਾ ਕੇ ਤੁਸੀਂ ਬੰਦ ਕਰ ਰਹੇ ਹੋ ਕਿ ਜਿਹੜਾ ਵਿਦਿਆਰਥੀਆਂ ਦੀ ਗਿਣਤੀ ਘੱਟ ਹੈ ਅਤੇ ਕਿੰਨੀ ਸ਼ਰਮ ਦੀ ਗੱਲ ਹੈ ਕੈਪਟਨ ਸਾਹਿਬ ਇਹ ਤੁਸੀਂ ਪੰਜਾਬ ਦੇ ਵਿੱਚ ਜੰਮੇ ਹੋ ਤੁਸੀਂ ਉਸ ਪਟਿਆਲਾ ਘਰਾਣੇ ਨਾਲ ਸੰਬੰਧ ਰੱਖਦੇ ਹੋ ਜਿੱਥੇ ਜਿੱਥੇ ਐਜੂਕੇਸ਼ਨ ਜਿਹੜੀ ਹੈ ਉਸਨੂੰ ਕਾਫੀ ਅਹਿਮੀਅਤ ਦਿੱਤੀ ਜਾਂਦੀ ਹੈ ਜਿੱਥੇ ਤੁਸੀਂ ਦੇਖਿਆ ਕਿ ਤੁਹਾਡੇ ਘਰ ਤੋਂ ਥੋੜ੍ਹੀ ਦੂਰ ਮਹਿੰਦਰਾ ਕਾਲਜ ਮੋਦੀ ਕਾਲਜ ਸਟੇਟ ਕਾਲਜ ਫਿਜ਼ੀਕਲ ਕਾਲਜ ਬਿਕਰਮ ਕਾਲਜ ਰਾਜਿੰਦਰਾ ਕਾਲਜ ਅਤੇ ਹੋਰ ਕਿੰਨੇ ਕਾਲਜ ਨੇ ਯੂਨੀਵਰਸਿਟੀ ਹੈ ਅਤੇ ਅਸੀਂ ਦੇਖਿਆ ਕਿ ਉਹ ਉੱਥੋਂ ਉਸ ਸ਼ਹਿਰ ਦੇ ਤੁਸੀਂ ਹੋ ਕੇ ਨਾਲੇ ਤੁਹਾਡੇ ਨਾਮ ਨਾਲ ਮਹਾਰਾਜਾ ਲੱਗਦਾ ਤੁਸੀਂ ਉਸ ਸ਼ਹਿਰ ਦੇ ਮਹਾਰਾਜੇ ਰਹੇ ਹੋ ਤੁਹਾਡੇ ਵੱਡੇ ਵਡੇਰੇ ਅਤੇ ਤੁਸੀਂ ਪੰਜਾਬ ਦੇ 800 ਸਕੂਲ ਬੰਦ ਕਰਨ ਦਾ ਹੁਕਮ ਕਿਵੇਂ ਜਰ ਕਿਵੇਂ ਲਿਆ ਤੁਸੀਂ ਇਹ ਗੱਲ ਜਾਂ ਤਾਂ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਦੱਸਿਆ ਅਰੁਣਾ ਚੌਧਰੀ ਨੇ ਜਿਹੜੀ ਸਿੱਖਿਆ ਮੰਤਰੀ ਹੈ ਪੰਜਾਬ ਦੀ ਅਤੇ ਜਾਂ ਤੁਸੀਂ ਜਾਣ ਬੁੱਝ ਕੇ ਪੰਜਾਬ ਦੇ ਜਿਹੜੇ ਭਵਿੱਖ ਨੂੰ ਤੁਸੀਂ ਮਿੱਟੀ ਦੇ ਵਿੱਚ ਰਲਾਉਣ ਲਈ ਇਹ ਕੋਈ ਜਿਹੜੇ ਦਿੱਲੀ ਵਾਲੇ ਨੇ ਉਹਨਾਂ ਦੇ ਨਾਲ ਤੁਸੀਂ ਕੜੀ ਘੋਲ ਰਹੇ ਹੋ ਮਿਲ ਕੇ ਸੋ ਮੈਂ ਬੇਨਤੀ ਕਰਦਾ ਅੱਜ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕੈਪਟਨ ਸਾਹਿਬ ਕਿ ਆਪਣੇ ਭਵਿੱਖ ਨੂੰ ਪੰਜਾਬ ਦੇ ਭਵਿੱਖ ਨੂੰ ਤੁਸੀਂ ਖਰਾਬ ਨਾ ਕਰੋ ਮੈਂ ਬੇਨਤੀ ਕਰਦਾ ਤੁਹਾਨੂੰ ਕਿ ਇਹਨਾਂ 800 ਸਕੂਲਾਂ ਦੇ ਵਿੱਚ ਜੇ ਤੁਸੀਂ ਦੋ ਕਾਰਨ ਹੋ ਸਕਦੇ ਨੇ ਇਹਨਾਂ ਨੂੰ ਬੰਦ ਕਰਨ ਦੇ ਪਹਿਲਾ ਕਾਰਨ ਇਹ ਹੈ ਕਿ ਤੁਹਾਡੀ ਸਰਕਾਰ ਕੋਲ ਪੈਸਾ ਨਹੀਂ ਤੁਹਾਡਾ ਖਜ਼ਾਨਾ ਖਾਲੀ ਹੈ ਦੂਜਾ ਕਾਰਨ ਹੈ ਬਹਾਨੇਬਾਜ਼ੀ ਵਾਲੀ ਕਿ ਵਿਦਿਆਰਥੀ ਘੱਟ ਨੇ ਅਤੇ ਇਹਦੀ ਥਾਂ 'ਤੇ ਇਹ ਕਾਰਨ ਜ਼ਰੂਰ ਹੋ ਸਕਦਾ ਦੂਜਾ ਕਿ ਇਹ ਸਕੂਲਾਂ ਦੀ ਜ਼ਮੀਨ ਤੁਸੀਂ ਪ੍ਰਾਈਵੇਟ ਸਕੂਲਾਂ ਵਾਲਿਆਂ ਨਾਲ ਕੋਈ ਠੇਕਾ ਠੁੱਕਾ ਕਰ ਲਿਆ ਉਹਨਾਂ ਨੂੰ ਵੇਚਣ ਦਾ ਜਾਂ ਉਹਨਾਂ ਦੇ ਨਾਲ ਉਸ ਤਰੀਕੇ ਨਾਲ ਗੱਲ ਕਰਨ ਦਾ ਕਿ ਇਹ ਸਕੂਲਾਂ ਦੀਆਂ ਇਮਾਰਤਾਂ ਪ੍ਰਾਈਵੇਟ ਸਕੂਲਾਂ ਵਾਲੀ ਕੋਈ ਕੰਪਨੀ ਨੂੰ ਦੇ ਦਿੱਤੀ ਜਾਊਗੀ ਇਹ ਸਾਰੀ ਜ਼ਮੀਨ ਅਤੇ ਉਹ ਫਿਰ ਪ੍ਰਾਈਵੇਟ ਸਕੂਲਾਂ ਵਾਲੇ ਇਹ ਸਾਰਾ ਕੁਛ ਕਰਨਗੇ ਇੱਥੇ ਪਰ ਮੈਂ ਅੱਜ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਮੈਂ ਇਹ ਬੇਨਤੀ ਵੀ ਕਰਦਾ ਤੁਹਾਨੂੰ ਐਲਾਨ ਵੀ ਕਰਦਾ ਅਤੇ ਤੁਹਾਨੂੰ ਸੁਝਾਅ ਵੀ ਦਿੰਦਾ ਅਤੇ ਤੁਹਾਡੇ ਕੋਲ ਇੱਕ ਪ੍ਰਪੋਜ਼ਲ ਵੀ ਦੇ ਰਿਹਾ ਕਿ ਇਹਨਾਂ ਸਕੂਲਾਂ ਦੇ ਵਿੱਚ ਹਾਲੇ ਇਹ ਸਕੂਲ ਤੁਸੀਂ ਬੰਦ ਨਹੀਂ ਕਰ ਸਕਦੇ 1 ਅਪ੍ਰੈਲ ਤੱਕ ਕਿਉਂਕਿ 1 ਅਪ੍ਰੈਲ ਤੱਕ ਸੈਸ਼ਨ ਚੱਲਣਾ 1 ਅਪ੍ਰੈਲ ਤੋਂ ਅਸੀਂ ਇਹਨਾਂ ਸਕੂਲਾਂ ਦੇ ਵਿੱਚ ਦੋ ਦੋ ਅਧਿਆਪਕ ਅਸੀਂ ਮੁਫ਼ਤ ਮੁਹੱਈਆ ਕਰਾਵਾਂਗੇ ਫ੍ਰੀ ਮੁਹੱਈਆ ਕਰਾਵਾਂਗੇ ਅਸੀਂ ਦੋ ਦੋ ਅਧਿਆਪਕ ਹਰ ਸਕੂਲ ਦੇ ਵਿੱਚ ਪੂਰੇ ਐਕਸਪਰਟ ਹੋਣਗੇ ਉਹ
ਜੇ ਕਿਤੇ ਮੈਨੂੰ ਵੀ ਜਾਣਾ ਪਿਆ ਉਸ ਸਕੂਲ ਦੇ ਵਿੱਚ ਤਾਂ ਪੜ੍ਹਾਉਣ ਦੇ ਲਈ ਤਾਂ ਮੈਂ ਵੀ ਜਾਵਾਂਗਾ, ਕਿਉਂਕਿ ਸਾਡਾ ਜਿਹੜਾ ਭਵਿੱਖ ਹੈ ਸਾਨੂੰ ਬਚਾਉਣਾ ਹੈ। ਜੇ ਤੁਸੀਂ ਨਹੀਂ ਸੋਚਦੇ ਨਾ ਉਸ ਭਵਿੱਖ ਨੂੰ ਬਚਾਉਣ ਦੇ ਲਈ, ਜਿਹੜੀ ਸਟੇਟ ਦੇ ਤੁਸੀਂ ਮੁੱਖ ਮੰਤਰੀ ਹੋ, ਜਿਹੜੀ ਸਟੇਟ ਦੇ ਤੁਸੀਂ ਹੈੱਡ ਹੋ, ਤਾਂ ਮੈਂ ਅੱਗੇ ਆਉਣ ਲਈ ਤਿਆਰ ਹਾਂ। ਮੇਰੇ ਭਰਾ ਜਿਹੜੇ ਦੇਖ ਰਹੇ ਨੇ, ਜਿੰਨੇ ਵੀ ਸੁਣ ਰਹੇ ਨੇ, ਜਿੰਨਿਆਂ ਕੋਲ ਇਹ ਗੱਲ ਜਾਣੀ ਹੈ, ਉਹ ਸਾਰੇ ਇੱਕ ਬਾਂਹ ਬਣ ਕੇ ਇਸ ਤਰ੍ਹਾਂ ਇਕੱਠੇ ਹੋ ਕੇ ਆਪਣੀ ਜਿਹੜੀ ਸਿੱਖਿਆ ਪ੍ਰਣਾਲੀ ਹੈ ਨਾ, ਆਪਣੇ ਜਿਹੜੇ ਬੱਚੇ ਨੇ, ਆਪਣਾ ਭਵਿੱਖ ਆ, ਉਹਨੂੰ ਬਚਾਉਣ ਲਈ ਅੱਗੇ ਆ ਕੇ ਕੰਮ ਕਰਨ ਲਈ ਤਿਆਰ ਹਾਂ। ਅਸੀਂ ਜਾਵਾਂਗੇ ਸਕੂਲਾਂ ਦੇ ਵਿੱਚ, ਅਤੇ ਮੈਂ ਦੱਸਦਿਆਂ ਕਿ 800 ਸਕੂਲਾਂ ਦੇ ਵਿੱਚ ਅਸੀਂ 2-2 ਅਧਿਆਪਕ ਮੁਫ਼ਤ ਜਿਹੜੇ ਹੈ ਨੇ, ਐਕਸਪਰਟ ਨੇ ਜਿਹੜੇ, ਉਹ ਮੁਹੱਈਆ ਕਰਾਵਾਂਗੇ, ਜਿਹੜੇ 12-12 ਘੰਟੇ ਸਕੂਲ ਦੇ ਵਿੱਚ ਰਹਿਣਗੇ, ਅਤੇ ਐਕਸਟਰਾ ਟਾਈਮ ਦੇ ਵਿੱਚ ਵੀ ਜਿਹੜੇ ਹੈ ਨੇ ਉਹ ਉੱਥੇ ਸਿੱਖਿਆ ਮੁਹੱਈਆ ਕਰਾਉਣਗੇ। ਸੋ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਸਮੂਹਿਕ ਰੂਪ ਦੇ ਵਿੱਚ, ਜੇ ਤੁਸੀਂ ਅਸਲ ਦੇ ਵਿੱਚ ਪੰਜਾਬ ਨੂੰ, ਪੰਜਾਬ ਦੇ ਭਵਿੱਖ ਨੂੰ, ਪੰਜਾਬ ਦੀ ਸਿੱਖਿਆ ਨੂੰ ਬਚਾਉਣਾ ਚਾਹੁੰਦੇ ਹੋ, ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ, ਤਾਂ ਸਾਡੀ ਇਸ ਗੱਲ ਦੇ ਉੱਤੇ ਧਿਆਨ ਦਿਓ। ਅਤੇ ਜਿੰਨੇ ਮੇਰੇ ਸਾਰੇ ਵੀਰ ਨੇ, ਜਗਦੇਵ ਸਿੰਘ ਪੰਡਾਲ ਹੋਰਾਂ ਨੂੰ, ਜਤਿੰਦਰ ਸਿੰਘ ਮੁਲਤਾਨੀ ਹੋਰਾਂ ਨੂੰ ਮੈਂ ਬੇਨਤੀ ਕਰਦਾ, ਜਿੰਨੇ ਵੀ ਸੁਖਵਿੰਦਰ ਸਿੰਘ ਹੋਰੀ, ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਜੋਧਬੀਰ ਸਿੰਘ ਜੋਧਾ, ਰਘਵੀਰ ਸਿੰਘ ਭਰੋਵਾਲ, ਬਲਤੇਜ ਪੰਨੂ, ਕੰਵਰ ਸੰਧੂ, ਬਲਜੀਤ ਬੱਲੀ, ਬਾਬੂ ਸ਼ਾਹੀ .com, ਅਤੇ ਹੋਰ ਜਿੰਨੇ ਵੀ ਰੇਡੀਓ ਵਾਲੇ ਨੇ, ਜੋ ਜਿੱਥੇ ਕਿਤੇ ਮੈਨੂੰ ਸੁਣ ਰਹੇ ਨੇ, ਦੇਖ ਰਹੇ ਨੇ, ਮੈਂ ਪਰਸਨਲ ਤੌਰ 'ਤੇ ਵੀ ਉਹਨਾਂ ਅੱਗੇ ਹੱਥ ਜੋੜਾਂਗਾ, ਮੈਂ ਪੈਰ ਫੜਾਂਗਾ ਉਹਨਾਂ ਦੇ, ਕਿ ਆਓ ਆਪਾਂ ਆਪਣੀ ਪੰਜਾਬ ਦੀ ਸਿੱਖਿਆ ਬਚਾਈਏ। ਸੁਨਹਿਰੀ ਮੌਕਾ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੇ, ਕੈਪਟਨ ਅਮਰਿੰਦਰ ਸਿੰਘ ਨੇ ਇਹ ਮੌਕਾ, ਮੈਨੂੰ ਲੱਗਦਾ ਹੋਰ ਕਿਸੇ ਸਟੇਟ ਵਾਲੇ ਲੋਕਾਂ ਕੋਲ ਨਹੀਂ ਆਇਆ ਹੋਊਗਾ, ਕੈਪਟਨ ਨੇ ਪੰਜਾਬ ਦੇ ਲੋਕਾਂ ਨੂੰ ਦੇਤਾ ਕਿ ਆਓ ਸਾਂਭੋ ਆਪਣੀ ਸਿੱਖਿਆ। ਅਤੇ ਅਸੀਂ ਇਹ ਸਿੱਖਿਆ ਜਿਹੜੀ ਅੰਦਰ ਖਾਤੇ ਅਰੁਣਾ ਚੌਧਰੀ ਅਤੇ ਕੈਪਟਨ ਜਾਂ ਇਹ ਸਾਰੀ ਸਾਰੇ ਲੋਕ ਨੇ ਇਹ ਅੰਦਰ ਖਾਤੇ ਜਿਹੜੀ ਸਕੀਮ ਬਣਾ ਰਹੇ ਨੇ ਨਾ, ਪੰਜਾਬ ਦੇ ਸਕੂਲਾਂ ਨੂੰ, ਸਕੂਲਾਂ ਦੀਆਂ ਬਿਲਡਿੰਗਾਂ ਨੂੰ, ਇਮਾਰਤਾਂ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਲਈ, ਉਸ ਸਕੀਮ ਨੂੰ ਆਪਾਂ ਸਿਰੇ ਨਹੀਂ ਚੜ੍ਹਨ ਦੇਣਾ। ਆਪਾਂ ਆਪਣੇ ਸਕੂਲ ਸਾਂਭ ਲੈਣੇ ਆ, ਅਤੇ ਆਪਾਂ ਆਪਣੇ ਸਕੂਲਾਂ ਨੂੰ ਬਚਾਉਣਾ, ਅਤੇ ਆਪਾਂ ਆਪਣੇ ਭਵਿੱਖ ਨੂੰ ਬਚਾਉਣਾ। ਅਸੀਂ ਉਹਨਾਂ ਸਾਰੇ ਸਕੂਲਾਂ ਦੇ ਵਿੱਚ ਫਰੀ ਆਫ ਕੋਸਟ ਜਿਹੜੇ 2-2 ਅਧਿਆਪਕ, 1600 ਅਧਿਆਪਕ ਦੇਣੇ ਨੇ, ਐਕਸਪਰਟ ਹੋਣਗੇ ਜਿਹੜੇ ਹਰ ਹਾਲਤ ਦੇ ਵਿੱਚ, ਜਿਹੜੇ ਕਿਸੇ ਵੀ ਤਰੀਕੇ ਨਾਲ ਨੇ ਜਿਹੜੇ ਉਹ ਬੱਚਿਆਂ ਨੂੰ ਲੈ ਕੇ ਆਉਣਗੇ ਸਕੂਲ ਦੇ ਵਿੱਚ। ਜਿਹੜੇ ਸਕੂਲਾਂ ਦੇ ਵਿੱਚ ਨਫ਼ਰੀ ਘੱਟ ਹੈ ਬੱਚਿਆਂ ਦੀ, ਉਹਨਾਂ ਸਕੂਲਾਂ ਦੇ ਵਿੱਚ ਅਸੀਂ ਦਾਅਵਾ ਕਰਦੇ ਹਾਂ, ਮੈਂ ਦਾਅਵਾ ਕਰਦਾ ਕਿ ਇੱਕ ਸਾਲ ਦੇ ਵਿੱਚ ਅਸੀਂ ਉਹਨਾਂ ਬੱਚਿਆਂ ਦੀ ਗਿਣਤੀ ਦੁੱਗਣੀ ਕਰਾਂਗੇ, ਅਤੇ 3 ਸਾਲ ਦਾ ਆਪਣੇ ਆਪਣੇ ਤੁਸੀਂ ਨੋਟਬੁੱਕਾਂ 'ਤੇ ਲਿਖ ਲਓ, 1 ਸਾਲ ਦੇ ਵਿੱਚ ਗਿਣਤੀ ਦੁੱਗਣੀ ਹੋਊਗੀ, ਅਤੇ 3 ਸਾਲ ਦੇ ਵਿੱਚ ਅਸੀਂ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਅਜਿਹਾ ਮਾਹੌਲ ਤਿਆਰ ਕਰ ਦਿਆਂਗੇ ਉਹਨਾਂ ਸਕੂਲਾਂ ਦਾ, ਸਰਕਾਰੀ ਸਕੂਲਾਂ ਦਾ, ਜਿੱਥੇ ਉਹਨਾਂ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਤੋਂ ਵਿਦਿਆਰਥੀ ਹਟ ਕੇ ਉਹਨਾਂ ਸਕੂਲਾਂ ਦੇ ਵਿੱਚ ਦਾਖਲਾ ਲੈਣ ਲੱਗਣਗੇ। ਉਹਨਾਂ ਸਕੂਲਾਂ ਦਾ ਅਸੀਂ ਕਾਇਆ ਕਲਪ ਕਰ ਦਿਆਂਗੇ, ਉਹਨਾਂ ਸਕੂਲਾਂ ਦੇ ਵਿੱਚ ਅਸੀਂ ਬਿਹਤਰੀਨ ਪੜ੍ਹਾਈ ਜਿਹੜੀ ਹੈ ਉਹ ਮੁਹੱਈਆ ਕਰਾਵਾਂਗੇ, ਉਹਨਾਂ ਸਕੂਲਾਂ ਦਾ ਮਾਹੌਲ, ਉਹਨਾਂ ਸਕੂਲਾਂ ਦਾ ਜੋ ਵੀ ਅਸੀਂ ਰੱਖ ਰਖਾਵ ਜਾਂ ਉਹਨਾਂ ਸਕੂਲਾਂ ਦਾ ਅਸੀਂ ਬੁਨਿਆਦੀ ਢਾਂਚਾ ਇਸ ਤਰੀਕੇ ਨਾਲ ਉਸਾਰਾਂਗੇ ਕਿ ਅਸੀਂ ਇੱਕ ਬਿਹਤਰੀਨ ਭੂਮਿਕਾ ਅਦਾ ਕਰ ਸਕਦੇ ਹਾਂ ਪੰਜਾਬ ਦੀ ਸਿੱਖਿਆ ਪ੍ਰਣਾਲੀ ਦੇ ਵਿੱਚ, ਪੰਜਾਬ ਦੇ ਸਿੱਖਿਆ ਦੇ ਜਿਹੜੇ ਢਾਂਚੇ ਨੂੰ ਸੁਧਾਰਨ ਦੇ ਵਿੱਚ। ਸੋ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਸੱਜਣ, ਜਸਵਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਸੁਖਵਿੰਦਰ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਉਹਨਾਂ ਵੀਰਾਂ ਦਾ ਧੰਨਵਾਦ ਜਿਹੜੇ ਸਾਨੂੰ ਸਹਿਯੋਗ ਦੇ ਰਹੇ ਨੇ। ਸੋ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਬੇਨਤੀ ਵੀ ਹੈ ਅਤੇ ਆਪਣੇ ਆਪ 'ਚ ਇੱਕ ਚੇਤਾਵਨੀ ਵੀ ਹੈ ਕਿ ਤੁਸੀਂ ਪੰਜਾਬ ਦੇ ਸਕੂਲਾਂ ਨੂੰ ਇਸ ਤਰ੍ਹਾਂ ਬੰਦ ਨਹੀਂ ਕਰ ਸਕਦੇ। 800 ਸਕੂਲ ਥੋੜ੍ਹਾ ਨਹੀਂ ਹੁੰਦਾ ਹੈਗਾ, 2-4 ਸਕੂਲਾਂ ਦੀ ਗੱਲ ਹੁੰਦੀ ਹੈ, ਕਦੇ ਜਿਵੇਂ ਬਾਦਲ ਸਰਕਾਰ ਨੇ 76 ਪਤਾ ਨਹੀਂ 86 ਸਕੂਲ ਬੰਦ ਕੀਤੇ ਸਨ, ਉਦੋਂ ਵੀ ਹੈ ਤਾਂ ਉਹ ਵੀ ਬਹੁਤ ਵੱਡੀ ਗੱਲ ਸੀ, ਪਰ 800 ਸਕੂਲ ਬਹੁਤ ਜ਼ਿਆਦਾ ਹੁੰਦਾ। 800 ਸਕੂਲ ਬੰਦ ਕਰਨਾ ਇਹਦਾ ਮਤਲਬ ਦਾਲ 'ਚ ਕਾਲਾ, ਦਾਲ 'ਚ ਕਾਲਾ। ਇਹ ਸਾਰੇ ਸਕੂਲਾਂ ਦੀਆਂ ਜਿਹੜੀਆਂ ਇਮਾਰਤਾਂ ਨੇ ਪ੍ਰਾਈਵੇਟ ਸਕੂਲਾਂ ਨੂੰ ਦਿੱਤੀਆਂ ਜਾਣਗੀਆਂ। ਪ੍ਰਾਈਵੇਟ ਕੋਈ ਕੰਪਨੀ ਆ ਰਹੀ ਹੈ ਪੰਜਾਬ ਦੇ ਵਿੱਚ ਜਿਹੜੀ ਸਿੱਖਿਆ ਚਲਾਊਗੀ ਅਤੇ ਉੱਥੇ ਆਪਣੀ ਮਨਮਰਜ਼ੀ ਦੀ ਸਿੱਖਿਆ ਦੇਊਗੀ। ਅਤੇ ਅੱਜ ਇੱਕ ਬਹੁਤ ਧਿਆਨ ਦੇਣ ਵਾਲੀ ਗੱਲ ਹੈ ਕਿ ਸਾਡੀ ਪੰਜਾਬ ਦੀ ਜਿਹੜੀ ਸਿੱਖਿਆ ਪ੍ਰਣਾਲੀ ਹੈ ਉੱਥੇ ਥਾਂ ਥਾਂ 'ਤੇ ਦੁਕਾਨਾਂ ਖੁੱਲ੍ਹੀਆਂ ਹੋਈਆਂ ਨੇ ਇੰਜੀਨੀਅਰਿੰਗ ਦੀਆਂ, ਮੈਡੀਕਲ ਦੀਆਂ, ਹੋਰ ਬਹੁਤ ਸਾਰੇ ਜਿਹੜੇ ਪੇਸ਼ੇਵਰ ਕਿੱਤੇ ਨੇ ਉਹਨਾਂ ਦੀ ਪੜ੍ਹਾਈ ਉੱਥੇ ਪੜ੍ਹਾਈ ਜਾਂਦੀ ਹੈ। ਅਤੇ ਉਹਨਾਂ ਦੇ ਵਿੱਚ ਮਹਿਜ਼ ਉਸ ਬੱਚੇ ਤੋਂ 5 ਲੱਖ ਰੁਪਏ ਤੋਂ ਲੈ ਕੇ 25-30 ਲੱਖ ਰੁਪਏ ਤੱਕ ਫੀਸ ਲੈ ਕੇ ਉਹਨਾਂ ਨੂੰ ਜਿਹੜਾ ਹੈ ਉਹ ਸਰਟੀਫਿਕੇਟ ਦੇ ਦਿੱਤਾ ਜਾਂਦਾ।
ਤੇ ਉਹ ਸਰਟੀਫਿਕੇਟ ਜਿਹੜਾ ਹੈ ਉਹ ਸਿਰਫ ਤੇ ਸਿਰਫ ਇੱਕ ਦਿਖਾਉਣ ਲਈ ਡਿਗਰੀ ਹੁੰਦੀ ਹੈ, ਬੱਚੇ ਦੇ ਦਿਮਾਗ 'ਚ ਕੁਛ ਨਹੀਂ ਹੁੰਦਾ ਕਿਉਂਕਿ ਉਹ ਬੱਚੇ ਨੂੰ ਪੜ੍ਹਾਇਆ ਕੁਛ ਨਹੀਂ ਜਾਂਦਾ। ਤੇ ਉੱਥੋਂ ਦਾ ਪਾਸ ਬੱਚਾ, ਖਾਸ ਕਰਕੇ ਸਾਡਾ ਭਰਾ, ਸਾਡਾ ਆਪਣਾ, ਸਾਡਾ ਸਾਡੀ ਮਿੱਟੀ ਦਾ ਜਾਇਆ ਤੇ ਸਾਡਾ ਜਿਹੜਾ ਅਸੀਂ ਦੇਖਦੇ ਹਾਂ ਭਵਿੱਖ, ਉਹ ਉੱਥੋਂ ਸਿੱਖਿਆ ਹਾਸਲ ਕਰਕੇ ਮਲਟੀ ਨੈਸ਼ਨਲ ਕੰਪਨੀ ਦਾ ਜਾਂ ਤਾਂ ਸੇਲਜ਼ਮੈਨ ਬਣੂਗਾ ਜਾਂ ਟਰੱਕ ਡਰਾਈਵਰ ਬਣੂਗਾ ਇੰਜੀਨੀਅਰਿੰਗ ਕਰਨ ਦੇ ਬਾਵਜੂਦ। ਇਹ ਬਹੁਤ ਦੁੱਖ ਵਾਲੀ ਗੱਲ ਹੈ ਤੇ ਅਜਿਹੀ ਸਿੱਖਿਆ ਨੂੰ ਅਸੀਂ ਰੱਦ ਕਰਨਾ, ਅਸੀਂ ਬਦਲਣਾ। ਤੇ ਜਿਹੜਾ ਢਾਂਚਾ ਸਾਡੇ ਕੋਲ ਪਹਿਲਾਂ ਸੀ ਸਿੱਖਿਆ ਦਾ, ਅਸੀਂ ਉਸ ਤਰੀਕੇ ਨਾਲ ਕੋਸ਼ਿਸ਼ ਕਰਨੀ ਹੈ ਕਿ ਅਸੀਂ ਜਿਸ ਵੇਲੇ ਅਸੀਂ ਦੇਖੀਏ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖਿਆ ਪ੍ਰਣਾਲੀ ਸੀ ਪੰਜਾਬ ਦੀ, ਅਸੀਂ ਉਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ ਅਸੀਂ ਆਧੁਨਿਕ ਸਿੱਖਿਆ ਦਾ ਇੱਕ ਅਜਿਹਾ ਢਾਂਚਾ ਉਸਾਰਨਾ ਜਿਹਦੇ ਨਾਲ ਵਿਦਿਆਰਥੀ ਦੁਨਿਆਵੀ ਜਿਹੜੀ ਆਧੁਨਿਕ ਸਿੱਖਿਆ ਉਹਦੇ ਨਾਲ ਨਾਲ ਆਪਣੀਆਂ ਨੈਤਿਕ ਕਦਰਾਂ ਕੀਮਤਾਂ ਨੇ ਉਹਨਾਂ ਤੋਂ ਵੀ ਜਾਣੂ ਹੋ ਸਕੇ ਅਤੇ ਉਹਨਾਂ ਦੇ ਨਾਲ ਵੀ ਜੁੜ ਸਕੇ। ਸਭ ਤੋਂ ਵੱਡੀ ਗੱਲ ਹੈ ਪੰਜਾਬ ਦੇ ਜਿਹੜੇ ਸਕੂਲ ਨੇ ਜਾਂ ਕਾਲਜ ਨੇ, ਸਿੱਖਿਆ ਦੇ ਅਦਾਰੇ ਨੇ, ਉਹਨਾਂ ਦੇ ਨਾਲ ਨਾਲ ਜਰਦੇ ਦੀਆਂ ਦੁਕਾਨਾਂ ਖੁੱਲੀਆਂ ਨੇ, ਹੋਰ ਜਿਹੜੀਆਂ ਨੇ ਸ਼ਰਾਬ ਦੇ ਠੇਕੇ ਖੁੱਲ੍ਹੇ ਹੋਏ ਨੇ, ਅਤੇ ਜਿਹੜੇ ਬੱਚੇ ਨੇ ਉਹ ਕੀ ਸਿੱਖਿਆ ਹਾਸਲ ਕਰ ਸਕਦੇ ਨੇ ਉੱਥੋਂ। ਅਤੇ ਅਸੀਂ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਅਧਿਆਪਕਾਂ ਰਾਹੀਂ ਨੈਤਿਕ ਸਿੱਖਿਆ ਦੇ ਨਾਲ ਨਾਲ ਦੁਨਿਆਵੀ ਸਿੱਖਿਆ ਦਾ ਆਧੁਨਿਕ ਜਿਹੜਾ ਪੱਖ ਹੈ ਉਸ ਨੂੰ ਅਸੀਂ ਬੱਚਿਆਂ ਦੇ ਵਿੱਚ ਮੁਹੱਈਆ ਕਰਵਾਉਣਾ, ਵੰਡਣਾ, ਅਤੇ ਉਹਦੇ ਨਾਲ ਨਾਲ ਅਸੀਂ ਬੱਚਿਆਂ ਨੂੰ ਇਸ ਤਰੀਕੇ ਨਾਲ ਅਸੀਂ ਕਾਰਜਸ਼ੀਲ ਕਰਨਾ ਉਹਨਾਂ ਬੱਚਿਆਂ ਨੂੰ, ਨਿੱਕੇ ਬੱਚਿਆਂ ਨੂੰ, ਤਾਂ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਨਾ ਤਾਂ ਨਸ਼ਾ ਕਰਨ ਬਲਕਿ ਨਸ਼ੇ ਬਾਰੇ ਉਹਨੂੰ ਦੱਸਾਂਗੇ ਕਿ ਨਸ਼ਾ ਜਿਹੜਾ ਹੈ ਉਹ ਕਿਸ ਤਰੀਕੇ ਨਾਲ ਪੰਜਾਬ ਨੂੰ ਖਤਮ ਕਰਦਾ ਜਾ ਰਿਹਾ, ਅਤੇ ਉਹਨਾਂ ਦੇ ਵੱਡੇ ਵਡੇਰਿਆਂ ਨੂੰ, ਉਹਨਾਂ ਦੇ ਜਿਹੜੇ ਵੱਡੇ ਭਰਾ ਸਨ ਉਹਨਾਂ ਨੂੰ ਨਸ਼ਾ ਕਿਸ ਤਰ੍ਹਾਂ ਖਾ ਗਿਆ, ਪੰਜਾਬ ਨੂੰ ਨਸ਼ਾ ਕਿਸ ਤਰ੍ਹਾਂ ਖਾ ਗਿਆ। ਸੋ ਉਹ ਜਿਹੜੇ ਬੱਚੇ ਨੇ ਉਹਨਾਂ ਨੂੰ ਨਸ਼ਿਆਂ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਊਗੀ, ਅਤੇ ਵਧੀਆ ਜਿਹੜਾ ਸਿਆਸੀ ਜਿਹੜਾ ਮਾਹੌਲ ਹੈ ਉਹ ਉਸਾਰਨ ਦੇ ਲਈ ਉਹ ਬਹੁਤ ਵੱਡੀ ਆਉਣ ਵਾਲੇ ਸਮੇਂ 'ਚ ਭੂਮਿਕਾ ਅਦਾ ਕਰਨਗੇ। ਹਰ ਸਕੂਲ ਦੇ ਵਿੱਚ ਦੋ 800 ਜਿਹੜੇ ਬੰਦ ਕਰਨ ਦਾ ਐਲਾਨ ਕੀਤਾ ਕੈਪਟਨ ਸਰਕਾਰ ਨੇ, 2 ਅਧਿਆਪਕ ਅਸੀਂ ਮੁਫ਼ਤ ਮੁਹੱਈਆ ਕਰਾਵਾਂਗੇ ਕੈਪਟਨ ਸਾਹਿਬ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ, ਅਰੁਣਾ ਚੌਧਰੀ ਨੂੰ ਜਿਹੜੀ ਸਿੱਖਿਆ ਮੰਤਰੀ ਹੈ ਪੰਜਾਬ ਦੀ, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਪੰਜਾਬ, ਅਤੇ ਹੋਰ ਸਿੱਖਿਆ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਨੂੰ ਅਸੀਂ ਜਿਹੜਾ ਹੈ ਉਹ ਅੱਗੇ ਲੈਟਰ ਮੈਂ ਲਿਖਾਂਗਾ, ਉਹਨਾਂ ਨੂੰ ਰਸਮੀ ਤੌਰ ਦੇ ਉੱਤੇ ਪੱਤਰ ਲਿਖ ਕੇ ਪ੍ਰਪੋਜ਼ਲ ਵੀ ਦੇਵਾਂਗਾ। ਸੋ ਇਹਦੇ ਲਈ ਫਿਰ ਸਾਨੂੰ ਅੱਗੇ ਆਉਣਾ ਪਏਗਾ। ਜੋਧਵੀਰ ਸਿੰਘ ਸਾਡਾ ਵੀਰ ਜੁੜ ਗਿਆ, ਅਤੇ ਮੈਂ ਤਾਂ ਜਿਹੜੇ ਬਾਕੀ ਦੇ ਜਿਹੜੇ ਪੱਤਰਕਾਰ ਨੇ ਉਹਨਾਂ ਨੂੰ ਵੀ ਕਹਾਂਗਾ। ਸਰਬਜੋਤ ਸਿੰਘ ਜੀ ਤੁਹਾਡਾ ਵੀ ਸਵਾਗਤ ਹੈ, ਕੰਵਰ ਸੰਧੂ, ਬਲਤੇਜ ਪੰਨੂ, ਸੁਖਪਾਲ ਸਿੰਘ ਖਹਿਰਾ, ਬੈਂਸ ਭਰਾ, ਡਾਕਟਰ ਧਰਮਵੀਰ ਗਾਂਧੀ ਅਤੇ ਹੋਰ ਜਿੰਨੇ ਵੀ ਦਾਨਿਸ਼ਮੰਦ ਨੇ ਪੰਜਾਬ ਦੇ ਲਈ ਸੋਚ ਰੱਖਦੇ ਨੇ ਆਪਣੀ, ਬਲਜੀਤ ਬੱਲੀ ਜੀ, ਤੁਸੀਂ ਵੀ ਬਾਬੂਸ਼ਾਹੀ.com, ਤੁਸੀਂ ਵੀ ਅੱਗੇ ਆਓ। ਪੰਜਾਬ ਦੇ 800 ਸਕੂਲ ਬਚਾ ਲਏ ਨਾ ਤੁਸੀਂ, ਸਮਝੋ ਬੇੜਾ ਪਾਰ ਹੈ ਸਾਡਾ। ਅਤੇ ਇਹ ਕੈਪਟਨ ਅਮਰਿੰਦਰ ਸਿੰਘ ਨੇ ਸਾਨੂੰ ਮੌਕਾ ਦਿੱਤਾ। ਜਸਪ੍ਰੀਤ ਸਿੰਘ ਇੰਜੀਨੀਅਰ ਜੀ, ਬਹੁਤ ਧੰਨਵਾਦ ਤੁਹਾਡਾ, ਅਤੇ ਕੈਪਟਨ ਸਰਕਾਰ ਨੇ ਸਾਨੂੰ ਬਹੁਤ ਵੱਡਾ ਮੌਕਾ ਦਿੱਤਾ, ਅਤੇ ਅਸੀਂ ਜਿਹੜਾ ਹੈ ਇਹ ਮੌਕਾ ਗਵਾਉਣਾ ਨਹੀਂ ਹੈਗਾ ਹੱਥੋਂ, ਗੋਲਡਨ ਚਾਂਸ ਹੈ ਇੱਕ। ਸੋ ਸਰਬਜੀਤ ਸਿੰਘ ਰੰਗੀਲਾ ਜੀ ਬਹੁਤ ਧੰਨਵਾਦ, ਸੁਰਿੰਦਰ ਸਿੰਘ ਰਾਣਾ ਦਿਓਲ ਜੀ ਤੁਹਾਡਾ ਵੀ ਧੰਨਵਾਦ, ਇਹ ਮੌਕਾ ਅਸੀਂ ਆਪਣੇ ਹੱਥੋਂ ਨਹੀਂ ਜਾਣ ਦੇਣਾ। 2 ਅਧਿਆਪਕ ਮੁਫ਼ਤ ਅਸੀਂ ਮੁਹੱਈਆ ਕਰਾਵਾਂਗੇ 800 ਸਕੂਲਾਂ ਦੇ ਵਿੱਚ 1 ਤਰੀਕ ਤੋਂ। ਇਹ ਕੈਪਟਨ ਸਰਕਾਰ ਨੂੰ ਬੇਨਤੀ ਵੀ ਹੈ ਅਤੇ ਚੇਤਾਵਨੀ ਵੀ ਹੈ, ਇਹ ਸਕੂਲ ਬੰਦ ਨਾ ਕੀਤੇ ਜਾਣ। ਇਹ ਸਕੂਲ ਬੰਦ ਹੋ ਗਏ ਤਾਂ ਕੈਪਟਨ ਸਰਕਾਰ ਨੇ ਤਾਂ ਮੂੰਹ ਦਿਖਾ ਦੇਣਾ, ਕਿਉਂਕਿ ਕੈਪਟਨ ਸਾਹਿਬ ਨੇ ਤਾਂ ਜਲਦੀ ਜਲਦੀ ਮਿਲਣਾ ਨਹੀਂ ਕਿਸੇ ਨੂੰ ਵੀ, ਪਰ ਦੂਜਿਆਂ ਨੇ, ਉਹਨਾਂ ਦੇ ਜਿਹੜੇ MLA ਨੇ ਜਾਂ ਮੰਤਰੀ ਨੇ ਉਹਨਾਂ ਨੇ ਮੂੰਹ ਦਿਖਾ ਦੇਣਾ, ਪਰ ਜਵਾਬ ਦੇਣ ਲਈ ਅੱਗੇ ਕਿਸੇ ਨੇ ਨਹੀਂ ਆਉਣਾ। ਅਤੇ ਉਦੋਂ ਹੀ ਸਾਨੂੰ ਪਤਾ ਲੱਗਣਾ ਜਦੋਂ ਸਾਡੇ ਸਕੂਲ ਨੇ ਜਿਹੜੇ ਉਹ ਜਿਹੜੇ ਪ੍ਰਾਈਵੇਟ ਹੱਥਾਂ 'ਚ ਚਲੇ ਗਏ, ਉਹਨਾਂ ਦੀਆਂ ਇਮਾਰਤਾਂ ਪ੍ਰਾਈਵੇਟ ਹੱਥਾਂ 'ਚ ਚਲੀਆਂ ਗਈਆਂ, ਅਤੇ ਅਸੀਂ ਕਿਸੇ ਪਾਸੇ ਨਹੀਂ ਰਹਿਣਾ। ਪਹਿਲਾਂ ਹੀ ਪੰਜਾਬ ਦੀ ਜਿਹੜੀ ਸਿੱਖਿਆ ਪ੍ਰਣਾਲੀ ਹੈ ਬਹੁਤ ਨਿਘਾਰ ਵੱਲ ਜਾ ਚੁੱਕੀ ਹੈ, ਅਤੇ ਇਹਦੇ 'ਚ ਅਸੀਂ ਸੁਧਾਰਾਂ ਦੀ ਮੰਗ ਕਰਦੇ ਸੀ, ਪਰ ਇਹ ਸਾਡੇ ਮੱਥੇ ਇੱਕ ਹੋਰ ਬਹੁਤ ਵੱਡੀ ਜਿਹੜੀ ਸੱਟ ਹੈ ਕੈਪਟਨ ਸਰਕਾਰ ਮਾਰਨ ਜਾ ਰਹੀ ਹੈ। 1 ਅਪ੍ਰੈਲ ਤੋਂ 800 ਸਕੂਲ ਬਿਲਕੁਲ ਬੰਦ ਹੋ ਜਾਣੇ ਆ, ਅਸੀਂ ਉਹ ਬੰਦ ਨਹੀਂ ਹੋਣ ਦੇਣੇ, ਤੁਸੀਂ ਸਾਰਿਆਂ ਨੇ ਅੱਗੇ ਆਉਣਾ। ਅਤੇ ਅਸੀਂ ਇਹ ਪ੍ਰਪੋਜ਼ਲ ਦੇ ਰਹੇ ਹਾਂ ਇੱਕ ਕੈਪਟਨ ਸਰਕਾਰ ਨੂੰ ਕਿ ਹਰ ਸਕੂਲ ਦੇ ਵਿੱਚ 2-2 ਅਧਿਆਪਕ ਅਸੀਂ ਮੁਫ਼ਤ ਜਿਹੜੇ ਹੈ ਨੇ ਉਹ ਮੁਹੱਈਆ ਕਰਾਵਾਂਗੇ, ਅਤੇ ਇਸੇ ਤਰੀਕੇ ਨਾਲ ਅਸੀਂ ਜਿਹੜਾ ਹੈ ਉਹ ਪੰਜਾਬ ਦੀ ਸਿੱਖਿਆ ਨੂੰ ਬਚਾ ਸਕਦੇ ਹਾਂ, ਪੰਜਾਬ ਦੇ ਸਕੂਲਾਂ ਨੂੰ ਬਚਾ ਸਕਦੇ ਹਾਂ, ਪੰਜਾਬ ਦੀ ਮਿੱਟੀ ਨੂੰ ਖਰਨ ਤੋਂ ਬਚਾ ਸਕਦੇ ਹਾਂ, ਅਤੇ ਪੰਜਾਬ ਦੀਆਂ ਜਿਹੜੀਆਂ ਲੱਖਾਂ ਮਾਵਾਂ ਨੇ
ਅਸੀਂ ਉਹਨਾਂ ਦਾ ਜਿਹੜਾ ਭਵਿੱਖ ਆ ਉਹਨਾਂ ਦੀ ਜਿਹੜੀ ਗੋਦ ਆ ਉਹ ਉਜੜਨ ਨਹੀਂ ਦੇ ਸਕਦੇ ਕਿਉਂਕਿ ਸਾਨੂੰ ਪਤਾ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਨਿੱਜੀ ਸਕੂਲਾਂ ਦੇ ਵਿੱਚ ਜਿਹੜੀ ਸਿੱਖਿਆ ਦਾ ਪੱਧਰ ਉਹ ਕਿੱਥੋਂ ਤੱਕ ਜਾ ਚੁੱਕਾ ਅਤੇ ਅਸੀਂ ਆਪਣੇ ਵਿਰਸੇ ਨੂੰ ਆਪਣੇ ਭਵਿੱਖ ਨੂੰ ਬਚਾਉਣਾ ਤਾਂ ਕਿ ਆਉਣ ਵਾਲੀਆਂ ਨਸਲਾਂ ਕਿਤੇ ਇਹ ਨਾ ਕਹਿਣ ਕਿ ਪੰਜਾਬੀਆਂ ਨੇ ਜਦੋਂ ਕੈਪਟਨ ਨੇ 800 ਸਕੂਲ ਬੰਦ ਕੀਤਾ ਸੀ ਅਤੇ ਪੰਜਾਬੀਆਂ ਨੇ ਚੂੰ ਨਹੀਂ ਕੀਤੇ ਹੈਗੇ। ਮੈਂ ਚੂੰ ਕਰ ਰਿਹਾ ਅਤੇ ਤੁਸੀਂ ਵੀ ਚੂੰ ਕਰਨੀ ਹੈ ਅਤੇ ਨਾਲ ਹੀ ਇਹ ਵੀ ਦਾਅਵਾ ਕਰਨਾ ਕਿ ਸੁਰਿੰਦਰ ਸਿੰਘ ਇਕੱਲਾ ਨਹੀਂ, ਅਸੀਂ ਸੁਰਿੰਦਰ ਸਿੰਘ ਦੇ ਨਾਲ ਹਾਂ ਅਤੇ ਅਸੀਂ ਸੁਰਿੰਦਰ ਸਿੰਘ ਤੋਂ ਅੱਗੇ ਹਾਂ ਅਤੇ ਇਸ ਕਰਕੇ ਅਸੀਂ ਜਿਹੜੇ ਨੇ ਪੰਜਾਬ ਦੇ ਸਕੂਲ ਬਚਾ ਸਕਾਂਗੇ, ਪੰਜਾਬ ਦਾ ਭਵਿੱਖ ਬਚਾ ਸਕਾਂਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਅਸੀਂ ਉਹਨਾਂ ਸਕੂਲਾਂ ਦੇ ਵਿੱਚ ਅਸੀਂ ਨਸ਼ਿਆਂ ਦੇ ਖਿਲਾਫ ਯੂਨਿਟ ਕਾਇਮ ਕਰ ਸਕਦੇ ਹਾਂ, ਅਸੀਂ ਉੱਥੇ ਸਮਾਜਿਕ ਜਿਹੜੀ ਉਸਾਰੀ ਹੈ, ਸਮਾਜਿਕ ਜੀਵਨ ਦੀ ਉਸਾਰੀ ਹੈ, ਸਾਡੇ ਸਮਾਜ ਦੀ ਉਸਾਰੀ ਹੈ ਵਧੀਆ ਤਰੀਕੇ ਨਾਲ ਕਰ ਸਕਾਂਗੇ ਅਤੇ ਇਹਦੇ ਨਾਲ ਹੀ ਅਸੀਂ ਜਿਹੜਾ ਹੈ ਨੈਤਿਕ ਕਦਰਾਂ ਕੀਮਤਾਂ ਜਿਹੜੀਆਂ ਅਸੀਂ ਉੱਥੇ ਜ਼ਰੂਰ ਇਹਨਾਂ 'ਤੇ ਜ਼ੋਰ ਦੇਵਾਂਗੇ ਤਾਂ ਕਿ ਜਿਹੜਾ ਹੈ ਪੰਜਾਬ ਦਾ ਭਵਿੱਖ ਬਚ ਸਕੇ ਅਤੇ ਸਾਡੇ ਲੀਡਰਾਂ ਨੂੰ ਵੀ ਇਹਦੇ ਬਾਰੇ ਅੱਗੇ ਆਉਣ ਦੀ ਲੋੜ ਹੈ। ਖਾਸ ਕਰਕੇ ਜਿਹੜੇ ਦਾਅਵਾ ਕਰਦੇ ਨੇ ਕੁਛ ਪੰਥਕ ਲੀਡਰ ਨੇ ਉਹਨਾਂ ਨੂੰ ਵੀ ਅੱਗੇ ਆਉਣ ਦੀ ਲੋੜ ਹੈ ਅਤੇ ਆਮ ਆਦਮੀ ਪਾਰਟੀ ਦੇ ਲੀਡਰ ਹੀ ਅੱਗੇ ਪਿੱਛੇ ਬਚਦੇ ਨੇ ਕਿਉਂਕਿ ਜਿਹੜਾ ਵਿਰੋਧੀ ਧਿਰ ਹੈ ਦੂਜੀ ਅਕਾਲੀ ਦਲ ਬਾਦਲ ਉਹ ਸਾਰਿਆਂ ਨੂੰ ਪਤਾ ਕਿ ਉਹ ਉਹਦੇ ਬਾਰੇ ਸੁਖਬੀਰ ਸਿੰਘ ਬਾਦਲ ਬਾਰੇ ਕੋਈ ਗੱਲ ਕਰਨ ਦੀ ਜ਼ਰੂਰਤ ਨਹੀਂ ਹੈਗੀ ਹੁਣ ਅਤੇ ਉਹਨਾਂ ਦਾ ਪੇਜ ਚਲਾ ਰਹੇ ਨੇ ਕਿ ਉਹਨਾਂ ਦੇ ਨਾਮ ਨਾਲ ਮਿਲਦਾ ਜੁਲਦਾ ਸਾਡਾ ਵੀਰ ਹੈ ਦੁਖਬੀਰ ਸਿੰਘ ਪਾਗਲ, ਉਹ ਵੀਰ ਨੂੰ ਵੀ ਬੇਨਤੀ ਹੈ ਵਧੀਆ ਕਾਰਜ ਕਰ ਰਿਹਾ ਅਤੇ ਉਹ ਵੀ ਸਾਡੇ ਕਾਰਜ ਨੂੰ ਜਿਹੜਾ ਹੈ ਉਹ ਅੱਗੇ ਲੈ ਕੇ ਜਾਣ। ਬੀਬੀ ਮਨਦੀਪ ਕੌਰ ਸਿੱਧੂ ਹੈ ਜਿਹੜੇ ਬੱਚਿਆਂ ਨੂੰ ਬੂਟ ਜੁੱਤੇ ਦਾਨ ਕਰਦੇ ਨੇ, ਉਹ ਭੈਣ ਨੂੰ ਵੀ ਬੇਨਤੀ ਹੈ ਕਿ ਉਹ ਅੱਗੇ ਆ ਕੇ ਜਿਹੜੀ ਹੈ ਗੱਲ ਕਰੇ। ਦੂਜੇ ਪਾਸੇ ਪੰਥਕ ਪਾਰਟੀਆਂ ਨੇ, ਪੰਥਕ ਪਾਰਟੀਆਂ ਵੀ ਵਧੀਆ ਭੂਮਿਕਾ ਨਿਭਾ ਸਕਦੀਆਂ ਨੇ, ਸੁਨਹਿਰੀ ਮੌਕਾ ਸਾਰਿਆਂ ਲਈ, ਪੰਥਕ ਪਾਰਟੀਆਂ ਲਈ ਵੀ ਮੌਕਾ, ਆਮ ਆਦਮੀ ਪਾਰਟੀ ਲਈ ਤਾਂ ਹੈ ਹੀ ਹੈ ਮੌਕਾ। ਵੈਸੇ ਉਹ ਸਾਡੇ ਵੀਰ ਜਿਹੜੇ ਸੁਖਪਾਲ ਸਿੰਘ ਖਹਿਰਾ ਅਤੇ ਬੈਂਸ ਭਰਾ ਨੇ ਉਹ ਰਾਜਸਥਾਨ ਤੋਂ ਪਾਣੀ ਦਾ ਜਿਹੜਾ ਪਾਣੀ ਦਾ ਮੁਆਵਜ਼ਾ, ਪਾਣੀ ਦੀ ਕੀਮਤ ਲੈਣ ਲਈ ਉਹ ਸੰਘਰਸ਼ ਕਰ ਰਹੇ ਨੇ, ਉਹ ਬਹੁਤ ਵਧੀਆ ਕਾਰਜ ਕਰ ਰਹੇ ਨੇ, ਉਹਨਾਂ ਦਾ ਵੀ ਸਾਥ ਦਿਆਂਗੇ ਆਪਾਂ ਅਤੇ ਬਹੁਤ ਸੁਨਹਿਰੀ ਮੌਕਾ ਕੈਪਟਨ ਸਾਹਿਬ ਤੁਸੀਂ ਦਿੱਤਾ ਅਤੇ ਅਸੀਂ ਅੱਗੇ ਆ ਗਏ ਹਾਂ ਸਕੂਲਾਂ ਨੂੰ ਬਚਾਉਣ ਲਈ। ਸਰਕਾਰ ਦਾ ਖਜ਼ਾਨੇ 'ਤੇ ਕੋਈ ਅਸਰ ਨਹੀਂ ਪੈਣਾ ਸਾਡੇ, ਅਸੀਂ ਦੋ ਜਿਹੜੇ ਅਧਿਆਪਕ ਦੇਣੇ ਆ ਬਿਲਕੁਲ ਮੁਫ਼ਤ ਦੇਣੇ ਆ ਅਤੇ ਜੇ ਕੋਈ ਕਾਂਗਰਸੀ ਵੀਰ ਜਾਂ ਕੋਈ ਕਾਫੀ ਇੱਥੇ ਹੈਗੇ ਨੇ ਕਾਂਗਰਸੀ ਵੀਰ ਅਤੇ ਉਹ ਵੀ ਕੈਪਟਨ ਸਾਹਿਬ ਨੂੰ ਸਾਡਾ ਸੁਨੇਹਾ ਦੇ ਦੇਣ ਕਿ 800 ਸਕੂਲਾਂ ਦੇ ਵਿੱਚ ਦੋ ਦੋ ਅਧਿਆਪਕ ਮੁਫ਼ਤ, ਸੁਨਹਿਰੀ ਮੌਕਾ ਜੀ। ਸੁਰਿੰਦਰ ਸਿੰਘ ਗੱਲ ਕਰ ਰਿਹਾ ਸੀ ਅੱਜ ਅਤੇ ਮੈਂ ਚਿੱਠੀ ਵੀ ਪਾਵਾਂਗਾ ਉਹਨਾਂ ਨੂੰ, ਉਹਨਾਂ ਤੱਕ ਸੁਨੇਹਾ ਪਹੁੰਚਾਓ ਕਿਸੇ ਨਾ ਕਿਸੇ ਤਰੀਕੇ ਨਾਲ। ਸੋ ਹਰਮਨ ਫਤਿਹ ਜੀ ਬਹੁਤ ਧੰਨਵਾਦ ਅਤੇ ਪ੍ਰਕਾਸ਼ ਕੌਰ, ਬੀਬੀ ਪ੍ਰਕਾਸ਼ ਕੌਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅਤੇ ਅਸੀਂ ਇਹਨਾਂ ਸਕੂਲਾਂ ਨੂੰ ਬਚਾਉਣਾ, ਸਮਝੋ ਬਚਾ ਲਿਆ ਅਤੇ ਜਿਸ ਤਰੀਕੇ ਨਾਲ ਤੁਸੀਂ ਸਾਥ ਦੇ ਰਹੇ ਹੋ, ਜਿਸ ਤਰੀਕੇ ਨਾਲ ਤੁਸੀਂ ਹੁੰਗਾਰਾ ਭਰ ਰਹੇ ਹੋ, ਉਹ ਉਸ ਤੋਂ ਲੱਗਦਾ ਕਿ ਅਸੀਂ ਆਪਣੇ ਸਕੂਲਾਂ ਨੂੰ ਤਕਰੀਬਨ ਬਚਾ ਲਵਾਂਗੇ। ਆਮ ਆਦਮੀ ਪਾਰਟੀ, ਖਾਸ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਹੋਰ ਜਿਹੜੇ ਅਹਿਮ ਵਿਅਕਤੀ ਨੇ, ਖਾਸ ਕਰਕੇ ਪੱਤਰਕਾਰ ਨੇ, ਭਾਵੇਂ ਅਸੀਂ ਦੇਖਿਆ ਕਿ ਹਿੰਦੁਸਤਾਨ ਟਾਈਮਜ਼ ਵੱਲੋਂ ਕਾਫੀ ਨਕਾਰਾਤਮਕ ਪੱਤਰਕਾਰੀ ਪਿਛਲੇ ਸਮੇਂ 'ਚ ਕੀਤੀ ਗਈ ਹੈ ਅਤੇ ਸਿੱਖ ਰੈਡੀਕਲਸ, ਸਿੱਖ ਅੱਤਵਾਦੀ ਤੱਕ ਕਿਹਾ ਗਿਆ ਕੁਛ ਫਸੇ ਹੋਏ ਨੌਜਵਾਨਾਂ ਨੂੰ ਅਤੇ ਜਿਨ੍ਹਾਂ ਨੂੰ ਪੁਲਿਸ ਨੇ ਬੇਕਸੂਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਉੱਦਾਂ ਦੀ ਪੱਤਰਕਾਰੀ ਕੀਤੀ ਜਾ ਰਹੀ ਹੈ। ਪਰ ਪੰਜਾਬ ਨੂੰ ਬਚਾਉਣ ਲਈ, ਪੰਜਾਬ ਦੇ ਸਕੂਲਾਂ ਨੂੰ ਬਚਾਉਣ ਲਈ ਹਿੰਦੁਸਤਾਨ ਟਾਈਮਜ਼ ਨੂੰ ਵੀ ਅੱਗੇ ਆਉਣਾ ਚਾਹੀਦਾ ਅਤੇ ਉਸਨੂੰ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਨਹੀਂ ਚਾਹੀਦਾ ਕਿਉਂਕਿ ਇਹ ਸਾਂਝਾ ਉੱਦਮ ਹੁੰਦਾ, ਇਸ ਦੇ ਵਿੱਚ ਸਾਰੇ ਮਿਲ ਕੇ ਹਿੱਸਾ ਪਾਉਂਦੇ ਨੇ ਅਤੇ ਇੱਕ ਵਾਰੀ ਫੇਰ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਹੱਥ ਬੰਨ੍ਹ ਕੇ ਮੈਂ ਬੇਨਤੀ ਕਰਦਾ ਕਿ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਕਿ ਉਹ ਕੀ ਗਲਤੀ ਕਰਨ ਜਾ ਰਹੇ ਨੇ ਪੰਜਾਬ ਦੇ 800 ਸਕੂਲਾਂ ਨੂੰ ਬੰਦ ਕਰਕੇ ਅਤੇ ਇਹਦੇ ਲਈ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਇਹ 800 ਸਕੂਲਾਂ ਦੇ ਵਿੱਚ ਅਸੀਂ ਦੋ ਦੋ ਅਧਿਆਪਕ ਮੁਫ਼ਤ ਮੁਹੱਈਆ ਕਰਵਾਵਾਂਗੇ ਅਤੇ ਤੁਹਾਡੀ ਸਰਕਾਰ ਦੇ ਖਜ਼ਾਨੇ 'ਤੇ ਉਹਦਾ ਕੋਈ ਅਸਰ ਨਹੀਂ ਪੈਣ ਦੇਵਾਂਗੇ। ਬਚਾ ਲਓ ਆਪਣੇ ਸਕੂਲਾਂ ਨੂੰ, ਬਚਾ ਲਓ ਆਪਣੇ ਭਵਿੱਖ ਨੂੰ, ਆਪਣੇ ਬੱਚਿਆਂ ਨੂੰ ਬਚਾ ਲਓ ਕੈਪਟਨ ਸਾਹਿਬ। ਅਤੇ ਅਰੁਣਾ ਚੌਧਰੀ, ਸਿੱਖਿਆ ਮੰਤਰੀ ਪੰਜਾਬ, ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਅਸੀਂ ਕੁਝ ਦਿਨਾਂ ਦੇ ਵਿੱਚ ਤੁਹਾਨੂੰ ਪੱਤਰ ਲਿਖਾਂਗੇ ਅਤੇ ਤੁਸੀਂ ਉਸ ਪੱਤਰ ਬਾਰੇ ਜੋ ਜਵਾਬ ਦਿਓਗੇ, ਜੋ ਕੈਪਟਨ ਸਾਹਿਬ ਤੁਸੀਂ ਉਹ ਪੱਤਰ ਦਾ ਜਵਾਬ ਦਿਓਗੇ, ਤੁਹਾਡਾ ਮਹਿਕਮਾ ਜਾਂ ਤੁਹਾਡਾ ਜਿਹੜਾ ਸਕੂਲ ਵਿਭਾਗ ਹੈ ਉਸ ਤੋਂ ਜ਼ਾਹਰ ਹੋਏਗੀ ਤੁਹਾਡੀ ਅਸਲੀ ਨੀਤੀ,
ਉਸ ਤੋਂ ਜ਼ਾਹਰ ਹੋਏਗੀ ਤੁਹਾਡੀ ਪੰਜਾਬ ਦੀ ਮਿੱਟੀ ਨਾਲ ਮੋਹ ਦੀ ਗੱਲ ਅਸਲੀ ਕਿ ਤੁਸੀਂ ਪੰਜਾਬ ਨੂੰ ਕਿੰਨਾ ਪਿਆਰ ਕਰਦੇ ਹੋ ਕਿ ਤੁਸੀਂ ਪੰਜਾਬ ਨੂੰ ਪਿਆਰ ਕਰਦੇ ਹੋ ਜਾਂ ਰਾਜ ਕਰਦੇ ਹੋ ਪੰਜਾਬ 'ਤੇ ਰਾਜ ਕਰਨਾ ਚਾਹੁੰਦੇ ਹੋ ਸੋ ਇਸ ਗੱਲ ਦਾ ਪਤਾ ਲੱਗੇਗਾ ਸੋ ਬਹੁਤ ਸਾਰੇ ਵੀਰਾਂ ਦਾ ਧੰਨਵਾਦ ਸਾਰੇ ਵੀਰ ਬੇਨਤੀ ਕਰਨ ਆਪਣੇ ਆਪਣੇ ਜੁੜੇ ਹੋਏ ਪੱਤਰਕਾਰਾਂ ਨੂੰ ਨਰਿੰਦਰ ਸਿੰਘ ਅਕਾਲੀ ਵੀਰ ਤਰਲੋਚਨ ਸਿੰਘ ਮੰਝ ਤੁਹਾਨੂੰ ਸਾਰਿਆਂ ਨੂੰ ਅਤੇ ਸਤਵਿੰਦਰ ਸਿੰਘ ਜੀ ਪ੍ਰਾਜੀਤ ਸਿੰਘ ਕਾਲੋਂ ਗੁਰਸ਼ਰਨ ਸਿੰਘ ਜੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕੰਵਰ ਸੰਧੂ ਹੋਰਾਂ ਨੂੰ ਜੋਧਵੀਰ ਸਿੰਘ ਜੋਧਾ ਬਲਤੇਜ ਪੰਨੂ ਅਤੇ ਹੋਰ ਰਘਵੀਰ ਸਿੰਘ ਭਰੋਵਾਲ ਅਤੇ ਗੁਰਪ੍ਰੀਤ ਸਿੰਘ ਜੱਲੂਪੁਰ ਤਰਲੋਚਨ ਸਿੰਘ ਸੋਹਲ ਗੁਰਤੇਜ ਸਿੰਘ ਸਮਰਾ ਆਸਟ੍ਰੇਲੀਆ ਤੋਂ ਗੁਰਵਿੰਦਰ ਸਿੰਘ ਮਦਾਨ ਆਸਟ੍ਰੇਲੀਆ ਤੋਂ ਜਸਵਿੰਦਰ ਸਿੰਘ ਜਿਹੜੇ ਹੈਗੇ ਨੇ ਜਰਮਨੀ ਤੋਂ ਇੰਗਲੈਂਡ ਦੀ ਸੰਗਤ ਹੋਰ ਬਹੁਤ ਸਾਰੇ ਦੁਨੀਆਂ ਭਰ ਦੇ ਜਿਹੜੇ ਵੀ ਸਾਨੂੰ ਦੋਸਤ ਆਪਣੇ ਦੇਖ ਰਹੇ ਨੇ ਇਸ ਵੇਲੇ ਉਹਨਾਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਆਓ ਇਕੱਠੇ ਹੋਈਏ ਅਤੇ ਆਪਣੇ ਸਕੂਲਾਂ ਨੂੰ ਬਚਾਈਏ ਆਪਣੀ ਮਿੱਟੀ ਨੂੰ ਬਚਾਈਏ ਆਪਣੇ ਬੱਚਿਆਂ ਨੂੰ ਬਚਾਈਏ ਆਪਣੀ ਸਿੱਖਿਆ ਨੂੰ ਬਚਾਈਏ ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ ਫੈਲੇ ਵਿੱਦਿਆ ਚਾਨਣ ਹੋਏ ਅਤੇ ਚਾਨਣ ਤਾਂ ਹੀ ਹੋਣਾ ਜੇ ਵਿੱਦਿਆ ਫੈਲੂਗੀ ਅਤੇ ਅਸੀਂ ਆਪਣੀ ਜਿਹੜੀ ਵਿੱਦਿਆ ਉਸਨੂੰ ਅੱਗੇ ਤੱਕ ਲੈ ਕੇ ਜਾਣਾ ਕੈਪਟਨ ਅਮਰਿੰਦਰ ਸਿੰਘ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਹ ਮੌਕਾ ਦਿੱਤਾ ਸਾਨੂੰ ਸਾਡੇ ਸਕੂਲ ਬਚਾਉਣ ਦਾ ਕੈਪਟਨ ਸਾਹਿਬ ਖਜ਼ਾਨਾ ਖਾਲੀ ਨਹੀਂ ਹੈਗਾ ਵੈਸੇ ਪਰ ਜੇ ਖਾਲੀ ਹੋ ਗਿਆ ਤਾਂ ਅਸੀਂ ਦੋ ਦੋ ਅਧਿਆਪਕ ਤੁਹਾਨੂੰ ਦੇ ਰਹੇ ਹਾਂ ਸੋਚ ਲਓ ਵਿਚਾਰ ਕਰ ਲਓ ਬਹੁਤ ਬਹੁਤ ਧੰਨਵਾਦ ਅਤੇ ਕੱਲ੍ਹ ਫਿਰ ਮਿਲਾਂਗੇ ਜੀ ਇੱਕ ਨਵੇਂ ਇਸ਼ੂ ਦੇ ਉੱਤੇ ਅਤੇ ਆਪਾਂ ਜਿਹੜਾ ਹੈ ਇਸ ਗੱਲ ਨੂੰ ਹੁਣ ਭੁੱਲਣਾ ਨਹੀਂ ਹੈਗਾ ਇਹ ਬਹੁਤ ਹੀ ਜ਼ਿਆਦਾ ਸੁਨਹਿਰੀ ਮੌਕਾ 800 ਸਕੂਲ ਨੇ ਅਸੀਂ ਅਧਿਆਪਕ ਦੇਣੇ ਨੇ ਆਪਣੇ ਬੱਚਿਆਂ ਨੂੰ ਬਚਾਉਣਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।